ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ। ਮੌਕੇ 'ਤੇ ਪੁਲਿਸ ਨੇ ਮਾਰਿਆ ਛਾਪਾ। ਵੇਖੋ ਕੀ ਹੋ ਰਿਹਾ ਸੀ ਅੰਦਰ। ਤਾਂ ਦੱਸ ਦੇ ਕਿ ਲਗਾਤਾਰ ਸਪਾ ਸੈਂਟਰਾਂ 'ਚ ਦੇਹ ਵਪਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਅਤੇ ਪੁਲਿਸ ਨੂੰ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਦੀ ਟੀਮ ਨੇ ਰੇਡ ਕੀਤੀ, ਜਿਸ ਦੇ ਵਿੱਚ 8 ਕੁੜੀਆਂ ਅਤੇ 6 ਮੁੰਡਿਆਂ ਨੂੰ ਕਾਬੂ ਕੀਤਾ ਗਿਆ। ਤਾਂ ਦੱਸ ਦਈਏ ਕਿ ਮਾਮਲਾ ਮਲੋਟ ਤੋਂ ਸਾਹਮਣੇ ਆਇਆ, ਜਿੱਥੇ ਪੁਲਿਸ ਨੇ 2 ਮਸਾਜ ਸੈਂਟਰਾਂ 'ਤੇ ਛਾਪੇ ਮਾਰੇ ਸੀ ਅਤੇ ਮੌਕੇ 'ਤੇ ਉਹਨਾਂ ਦੇ ਕੋਲ ਕੋਈ ਵੀ ਦਸਤਾਵੇਜ਼ ਨਹੀਂ ਸੀ। ਤਾਂ ਪੁਲਿਸ ਦੇ ਵੱਲੋਂ 14 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ 2 ਲੋਕ ਹਾਲੇ ਵੀ ਫਰਾਰ ਚੱਲ ਰਹੇ ਨੇ, ਜਿਨ੍ਹਾਂ ਦੀ ਕਿ ਗ੍ਰਿਫਤਾਰੀ ਹੋਣੀ ਹਾਲੇ ਵੀ ਬਾਕੀ ਹੈ। ਤਾਂ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮਲੋੜ ਦੇ ਸਕਾਈ ਮਾਲ ਦੇ ਵਿੱਚ ਕੁਝ ਲੋਕਾਂ ਵੱਲੋਂ ਮਸਾਜ ਸੈਂਟਰਾਂ ਦੀ ਆੜ ਦੇ ਵਿੱਚ ਦੇਹ ਵਪਾਰ ਦਾ ਧੰਦਾ ਕੀਤਾ ਜਾ ਰਿਹਾ। ਤਾਂ ਪੁਲਿਸ ਦੇ ਵੱਲੋਂ ਮੌਕੇ 'ਤੇ ਛਾਪੇਮਾਰੀ ਦੌਰਾਨ ਉਹਨਾਂ ਤੋਂ ਦਸਤਾਵੇਜ਼ ਮੰਗੇ ਗਏ, ਪਰ ਉਹਨਾਂ ਦੇ ਕੋਲ ਕੋਈ ਵੀ ਕਾਨੂੰਨੀ ਦਸਤਾਵੇਜ਼ ਨਹੀਂ ਸੀ। ਤਾਂ ਇਹਨਾਂ ਵੱਲੋਂ ਮਸਾਜ ਸੈਂਟਰਾਂ ਵਿੱਚੋਂ 8 ਔਰਤਾਂ ਅਤੇ 6 ਵਿਅਕਤੀਆਂ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ 2 ਦੀ ਗ੍ਰਿਫਤਾਰੀ ਹਾਲੇ ਵੀ ਬਾਕੀ ਹੈ। ਤਾਂ ਇਹਨਾਂ ਖਿਲਾਫ ਅਲੱਗ ਅਲੱਗ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਿ ਮਾਲ ਦੇ ਵਿੱਚ 2 ਸਪਾ ਸੈਂਟਰ ਇਹੋ ਜਿਹੇ ਚੱਲਦੇ ਹੈਗੇ ਨੇ, ਜਿਹੜੇ ਸਪਾ ਸੈਂਟਰਾਂ ਦੇ ਨਾਂ 'ਤੇ ਚੱਕਲਾਂ ਚਲਾਉਂਦੇ ਹੈਗੇ ਨੇ, ਆਉਣ ਵਾਲੇ ਗਾਹਕਾਂ ਨੂੰ ਔਰਤਾਂ ਪੇਸ਼ ਕਰਦੇ, ਅਤੇ ਮੌਕੇ 'ਤੇ ਜਾ ਕੇ ਰੇਡ ਕੀਤੀ ਅਤੇ ਜਿਹੜੇ ਦੋਸ਼ੀ ਹੈਗੇ ਮੌਕੇ ਤੋਂ ਅਸੀਂ ਅਰੈਸਟ ਕਰ ਲਏ। ਕਿੰਨੇ ਲੇਡੀਜ਼ ਜਾਂ ਕਿੰਨੇ ਜੈਂਟਸ ਹੈਗੇ ਉਹਨਾਂ ਵਿੱਚ? 8 ਲੇਡੀਜ਼ ਹੈਗੀਆਂ, 6 ਜੈਂਟਸ ਹੈਗੇ। ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ। ਮੌਕੇ 'ਤੇ ਪੁਲਿਸ ਨੇ ਮਾਰਿਆ ਛਾਪਾ। ਵੇਖੋ ਕੀ ਹੋ ਰਿਹਾ ਸੀ ਅੰਦਰ। ਤਾਂ ਦੱਸ ਦੇ ਕਿ ਲਗਾਤਾਰ ਸਪਾ ਸੈਂਟਰਾਂ 'ਚ ਦੇਹ ਵਪਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਅਤੇ ਪੁਲਿਸ ਨੂੰ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਦੀ ਟੀਮ ਨੇ ਰੇਡ ਕੀਤੀ, ਜਿਸ ਦੇ ਵਿੱਚ 8 ਕੁੜੀਆਂ ਅਤੇ 6 ਮੁੰਡਿਆਂ ਨੂੰ ਕਾਬੂ ਕੀਤਾ ਗਿਆ। ਤਾਂ ਦੱਸ ਦਈਏ ਕਿ ਮਾਮਲਾ ਮਲੋਟ ਤੋਂ ਸਾਹਮਣੇ ਆਇਆ, ਜਿੱਥੇ ਪੁਲਿਸ ਨੇ 2 ਮਸਾਜ ਸੈਂਟਰਾਂ 'ਤੇ ਛਾਪੇ ਮਾਰੇ ਸੀ ਅਤੇ ਮੌਕੇ 'ਤੇ ਉਹਨਾਂ ਦੇ ਕੋਲ ਕੋਈ ਵੀ ਦਸਤਾਵੇਜ਼ ਨਹੀਂ ਸੀ। ਤਾਂ ਪੁਲਿਸ ਦੇ ਵੱਲੋਂ 14 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ 2 ਲੋਕ ਹਾਲੇ ਵੀ ਫਰਾਰ ਚੱਲ ਰਹੇ ਨੇ, ਜਿਨ੍ਹਾਂ ਦੀ ਕਿ ਗ੍ਰਿਫਤਾਰੀ ਹੋਣੀ ਹਾਲੇ ਵੀ ਬਾਕੀ ਹੈ। ਤਾਂ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮਲੋੜ ਦੇ ਸਕਾਈ ਮਾਲ ਦੇ ਵਿੱਚ ਕੁਝ ਲੋਕਾਂ ਵੱਲੋਂ ਮਸਾਜ ਸੈਂਟਰਾਂ ਦੀ ਆੜ ਦੇ ਵਿੱਚ ਦੇਹ ਵਪਾਰ ਦਾ ਧੰਦਾ ਕੀਤਾ ਜਾ ਰਿਹਾ। ਤਾਂ ਪੁਲਿਸ ਦੇ ਵੱਲੋਂ ਮੌਕੇ 'ਤੇ ਛਾਪੇਮਾਰੀ ਦੌਰਾਨ ਉਹਨਾਂ ਤੋਂ ਦਸਤਾਵੇਜ਼ ਮੰਗੇ ਗਏ, ਪਰ ਉਹਨਾਂ ਦੇ ਕੋਲ ਕੋਈ ਵੀ ਕਾਨੂੰਨੀ ਦਸਤਾਵੇਜ਼ ਨਹੀਂ ਸੀ। ਤਾਂ ਇਹਨਾਂ ਵੱਲੋਂ ਮਸਾਜ ਸੈਂਟਰਾਂ ਵਿੱਚੋਂ 8 ਔਰਤਾਂ ਅਤੇ 6 ਵਿਅਕਤੀਆਂ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ 2 ਦੀ ਗ੍ਰਿਫਤਾਰੀ ਹਾਲੇ ਵੀ ਬਾਕੀ ਹੈ। ਤਾਂ ਇਹਨਾਂ ਖਿਲਾਫ ਅਲੱਗ ਅਲੱਗ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਿ ਮਾਲ ਦੇ ਵਿੱਚ 2 ਸਪਾ ਸੈਂਟਰ ਇਹੋ ਜਿਹੇ ਚੱਲਦੇ ਹੈਗੇ ਨੇ, ਜਿਹੜੇ ਸਪਾ ਸੈਂਟਰਾਂ ਦੇ ਨਾਂ 'ਤੇ ਚੱਕਲਾਂ ਚਲਾਉਂਦੇ ਹੈਗੇ ਨੇ, ਆਉਣ ਵਾਲੇ ਗਾਹਕਾਂ ਨੂੰ ਔਰਤਾਂ ਪੇਸ਼ ਕਰਦੇ, ਅਤੇ ਮੌਕੇ 'ਤੇ ਜਾ ਕੇ ਰੇਡ ਕੀਤੀ ਅਤੇ ਜਿਹੜੇ ਦੋਸ਼ੀ ਹੈਗੇ ਮੌਕੇ ਤੋਂ ਅਸੀਂ ਅਰੈਸਟ ਕਰ ਲਏ। ਕਿੰਨੇ ਲੇਡੀਜ਼ ਜਾਂ ਕਿੰਨੇ ਜੈਂਟਸ ਹੈਗੇ ਉਹਨਾਂ ਵਿੱਚ? 8 ਲੇਡੀਜ਼ ਹੈਗੀਆਂ, 6 ਜੈਂਟਸ ਹੈਗੇ। ਅੰਦਰ ਕੋਈ ਉਹਨਾਂ ਕੋਲ ਲਾਇਸੈਂਸ ਵਗੈਰਾ ਵੀ ਸੀਗੇ ਇਸ ਤਰ੍ਹਾਂ ਦਾ ਜਾਂ ਕੋਈ ਵਗੈਰਾ? ਨਹੀਂ, ਉਹਨਾਂ ਨੇ ਫਿਲਹਾਲ ਕੋਈ ਡਾਕੂਮੈਂਟ ਪੇਸ਼ ਨਹੀਂ ਕੀਤਾ।